ਕਵੀ ਦਰਬਾਰਾਂ ਦੀ ਇਹ ਧਰਤੀ ਦਸਮੇਸ਼ ਪਿਤਾ ਦੀ ਚਰਨ ਛੋਹ ਪ੍ਰਾਪਤ ਪਾਉਂਟਾ ਸਾਹਿਬ ਦੀ ਮੁਕੱਦਸ ਸਰਜ਼ਮੀ ਜਿੱਥੇ ਅੱਜ ਆਪਾਂ ਸਾਰੇ ਮਹਾਨ ਪਾਵਨ ਪਵਿੱਤਰ ਇਤਿਹਾਸਕ ਅਸਥਾਨ ਕਵੀ ਦਰਬਾਰ ਅਸਥਾਨ 'ਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠ ਕੇ ਕਵਿਤਾਵਾਂ ਰਾਹੀਂ ਗੁਰੂ ਜਸ ਗਾਇਨ ਅਤੇ ਸਰਵਣ ਕਰ ਰਹੇ ਹਾਂ। ਦਸਮੇਸ਼ ਪਿਤਾ ਦੀ ਬਖਸ਼ੀ ਹੋਈ ਚੜ੍ਹਦੀ ਕਲਾ ਦੀ ਪ੍ਰਤੀਕ ਫਤਿਹ ਦੀ ਸਾਂਝ ਪਾਈਏ। ਗੱਜ ਵੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਾਉਂਟਾ ਸਾਹਿਬ ਦੀ ਇਸ ਧਰਤੀ ਦੇ ਪਰਥਾਏ ਹੀ ਰਚਨਾ ਮੈਂ ਸਾਂਝੀ ਕਰਾਂਗਾ। ਅਰਜ਼ ਕਰਦਾ ਹਾਂ ਬੜੇ ਵਿਦਵਾਨ ਸ਼ਾਇਰ ਉੱਭਰਦੇ ਕਵੀ ਜਨ ਅਤੇ ਮੁਅੱਜ਼ਜ਼ ਸ਼ਖਸੀਅਤਾਂ ਪਾਉਂਟਾ ਸਾਹਿਬ ਦੀ ਸਾਰੀ ਪ੍ਰਬੰਧਕ ਕਮੇਟੀ ਸਮੁੱਚੀ ਟੀਮ ਅਤੇ ਗੁਰੂ ਕੀਆਂ ਸੰਗਤਾਂ ਸੁਭਾਏ ਮਾਨ ਨੇ ਅਰਜ਼ ਕਰ ਰਿਹਾ ਹਾਂ ਕਿ ਪ੍ਰਗਟ ਹੋਏ ਨਨਕਾਣੇ ਵਿੱਚ ਗੁਰੂ ਨਾਨਕ ਪ੍ਰਗਟ ਹੋਏ ਨਨਕਾਣੇ ਵਿੱਚ ਗੁਰੂ ਨਾਨਕ ਸਿੱਖੀ ਲਹਿਰ ਪੰਜਾਬ ਤੋਂ ਸ਼ੁਰੂ ਹੋਈ। ਪ੍ਰਗਟ ਹੋਏ ਨਨਕਾਣੇ ਵਿੱਚ ਗੁਰੂ ਨਾਨਕ ਸਿੱਖੀ ਲਹਿਰ ਪੰਜਾਬ ਤੋਂ ਸ਼ੁਰੂ ਹੋਈ। ਕੀਤਾ ਬਾਣੀ ਦੇ ਨਾਲ ਸੰਗੀਤ ਸ਼ਾਮਿਲ ਕੀਰਤਨ ਰੀਤ ਰਬਾਬ ਤੋਂ ਸ਼ੁਰੂ ਹੋਈ। ਪੰਚਮ ਪਿਤਾ ਨੇ ਪੁੱਤਰ ਨੂੰ ਪ੍ਰਸ਼ਨ ਪਾਇਆ ਢਾਡੀ ਪ੍ਰਥਾ ਜਵਾਬ ਤੋਂ ਸ਼ੁਰੂ ਹੋਈ। ਪੰਚਮ ਪਿਤਾ ਨੇ ਪੁੱਤਰ ਨੂੰ ਪ੍ਰਸ਼ਨ ਪਾਇਆ ਢਾਡੀ ਪ੍ਰਥਾ ਜਵਾਬ ਤੋਂ ਸ਼ੁਰੂ ਹੋਈ। ਆ ਕਵੀ ਪਰੰਪਰਾ ਤੋਰੀ ਦਸਮੇਸ਼ ਜੀ ਨੇ ਕਵਿਤਾ ਪਾਉਂਟਾ ਸਾਹਿਬ ਤੋਂ ਸ਼ੁਰੂ ਹੋਈ। ਕਵਿਤਾ ਪਾਉਂਟਾ ਸਾਹਿਬ ਤੋਂ ਸ਼ੁਰੂ ਹੋਈ। ਤੁਹਾਡੇ ਜੈਕਾਰਿਆਂ ਨਾਲ ਕਵੀ ਦਰਬਾਰ ਚੜ੍ਹਦੀ ਕਲਾ ਵਿੱਚ ਜਾਂਦੇ ਨੇ। ਤੇਗ ਤੋਂ ਵੱਧ ਹੈ ਤਾਕਤ ਕਲਮ ਦੇ ਵਾਰ ਦੇ ਅੰਦਰ। ਤੇਗ ਤੋਂ ਵੱਧ ਹੈ ਤਾਕਤ, ਪੈਨ ਇਜ਼ ਮਾਈਟੀਅਰ ਦੈਨ ਦੀ ਸਵਾਰਡ। ਤੇਗ ਤੋਂ ਵੱਧ ਹੈ ਤਾਕਤ ਕਲਮ ਦੇ ਵਾਰ ਦੇ ਅੰਦਰ। ਹੈ ਭਰਦਾ ਕਵੀ ਜੋ ਬਾਰੂਦ ਇਸ ਹਥਿਆਰ ਦੇ ਅੰਦਰ। ਉਹਨਾਂ ਤੇ ਨੂਰ ਕਲਗੀਧਰ ਬੜੇ ਪ੍ਰਸੰਨ ਹੁੰਦੇ ਨੇ ਜਕਾਰੇ ਛੱਡਦੇ ਜਿਹੜੇ ਕਵੀ ਦਰਬਾਰ ਦੇ ਅੰਦਰ। ਇਹ ਪਾਉਂਟਾ ਸਾਹਿਬ ਦੀ ਪਾਵਨ ਪਵਿੱਤਰ ਪਾਕ ਧਰਤੀ ਹੈ। ਸ਼ੇਰ ਸੁਣਿਓ ਸਤਸੰਗ ਜੀਓ, ਇਹ ਪਾਉਂਟਾ ਸਾਹਿਬ ਦੀ ਪਾਵਨ ਪਵਿੱਤਰ ਪਾਕ ਧਰਤੀ ਹੈ ਕਿ ਜਿੱਥੇ ਬਖਸ਼ਿਸ਼ਾਂ ਵੰਡਦੇ ਮੇਰੇ ਦਾਤਾਰ ਹੁੰਦੇ ਸਨ। ਕਵਿਤਾ ਸ਼ੁਰੂ ਹੈ। ਇਹ ਪਾਉਂਟਾ ਸਾਹਿਬ ਦੀ ਪਾਵਨ ਪਵਿੱਤਰ ਪਾਕ ਧਰਤੀ ਹੈ ਕਿ ਜਿੱਥੇ ਬਖਸ਼ਿਸ਼ਾਂ ਵੰਡਦੇ ਮੇਰੇ ਦਾਤਾਰ ਹੁੰਦੇ ਸਨ। ਫਿਜ਼ਾਵਾਂ ਵਿੱਚ ਅੱਜ ਵੀ ਗੂੰਜਦੇ ਨੰਦ ਲਾਲ ਦੇ ਨਗਮੇ, ਜਿਹਦੇ ਹਰ ਸ਼ੇਰ 'ਚੋਂ ਦਸਮੇਸ਼ ਦੇ ਦੀਦਾਰ ਹੁੰਦੇ ਸਨ। ਫਿਜ਼ਾਵਾਂ ਵਿੱਚ ਅੱਜ ਵੀ ਗੂੰਜਦੇ ਨੰਦ ਲਾਲ ਦੇ ਨਗਮੇ, ਜਿਹਦੇ ਹਰ ਸ਼ੇਰ 'ਚੋਂ ਦਸਮੇਸ਼ ਦੇ ਦੀਦਾਰ ਹੁੰਦੇ ਸਨ। ਸ਼ੇਰ ਸੁਣਿਓ। 52 ਕਵੀ
ਮਾਲਾ ਉਹਦੀ ਦੇ ਅਨਮੋਲ ਮੋਤੀ ਸਨ। 52 ਕਵੀ ਮਾਲਾ ਉਹਦੀ ਦੇ ਅਨਮੋਲ ਮੋਤੀ ਸਨ, ਜੋ ਕਲਗੀਤ ਹਰ ਦੇ ਦਰਬਾਰ ਦਾ ਸ਼ਿੰਗਾਰ ਹੁੰਦੇ ਸਨ। 52 ਕਵੀ, 52 ਕਵੀ ਮਾਲਾ ਉਹਦੀ ਦੇ ਅਨਮੋਲ ਮੋਤੀ ਸਨ, ਜੋ ਕਲਗੀਤ ਹਰ ਦੇ ਦਰਬਾਰ ਦਾ ਸ਼ਿੰਗਾਰ ਹੁੰਦੇ ਸਨ। ਇਹ ਜਮਨਾ ਦੀ ਖਾਮੋਸ਼ੀ ਅੱਜ ਵੀ ਭਰਦੀ ਗਵਾਹੀ ਹੈ ਕਿ ਕਿਵੇਂ ਇਸ ਦੇ ਕਿਨਾਰੇ ਤੇ ਕਵੀ ਦਰਬਾਰ ਹੁੰਦੇ ਸਨ। ਇਹ ਜਮਨਾ ਦੀ ਖਾਮੋਸ਼ੀ ਅੱਜ ਵੀ ਭਰਦੀ ਗਵਾਹੀ ਹੈ ਕਿਵੇਂ ਇਸ ਦੇ ਕਿਨਾਰੇ ਤੇ ਕਵੀ ਦਰਬਾਰ ਹੁੰਦੇ ਸਨ। ਚਮਕਦਾ ਚੰਨ ਜਿੱਦਾਂ ਚੌਦਵੀਂ ਦਾ ਤਾਰਿਆਂ ਅੰਦਰ, ਸਜੇ ਦਸਮੇਸ਼ ਏਦਾਂ ਸ਼ਾਇਰਾਂ ਵਿਚਕਾਰ ਹੁੰਦੇ ਸਨ, ਸਜੇ ਦਸਮੇਸ਼ ਏਦਾਂ ਸ਼ਾਇਰਾਂ ਵਿਚਕਾਰ ਹੁੰਦੇ ਸਨ। ਸ਼ੇਰ ਸੁਣਨਾ, ਉਹ ਖੁਦ ਕਵਿਤਾ ਸੁਣਾ ਕੇ ਦਿਲਾਂ ਨੂੰ ਸਰਸ਼ਾਰ ਕਰਦੇ ਸਨ। ਦਸਮੇਸ਼ ਪਿਤਾ ਆਪ ਵੀ ਮਹਾਨ ਸ਼ਾਇਰ ਸਨ। ਸ਼ੇਰ ਸੁਣਿਓ, ਉਹ ਖੁਦ ਕਵਿਤਾ ਸੁਣਾ ਕੇ ਦਿਲਾਂ ਨੂੰ ਸਰਸ਼ਾਰ ਕਰਦੇ ਸਨ, ਤੇ ਸੁਣ ਕਵੀਆਂ ਤੋਂ ਕਵਿਤਾ ਆਪ ਵੀ ਸਰਸ਼ਾਰ ਹੁੰਦੇ ਸਨ। ਸੁਣ ਕਵੀਆਂ ਤੋਂ ਕਵਿਤਾ ਆਪ ਵੀ ਸਰਸ਼ਾਰ ਹੁੰਦੇ ਸਨ। ਸ਼ੇਰ ਸੁਣਿਓ ਸਤਸੰਗ ਜੀਓ, ਉਹ ਢਾਲਾਂ ਭਰ ਕੇ ਮੋਹਰਾਂ ਦੀ ਜਿਵੇਂ ਬਰਸਾਤ ਕਰ ਦਿੰਦੇ, ਉਹ ਢਾਲਾਂ ਭਰ ਕੇ ਮੋਹਰਾਂ ਦੀ ਜਿਵੇਂ ਬਰਸਾਤ ਕਰ ਦਿੰਦੇ, ਜਦੋਂ ਪ੍ਰਸੰਨ ਕਵੀਆਂ ਤੇ ਮੇਰੇ ਦਾਤਾਰ ਹੁੰਦੇ ਸਨ। ਅਗਲਾ ਬੰਦ ਇਸ ਰਚਨਾ ਦਾ, ਇਹ ਪਾਉਂਟਾ ਸਾਹਿਬ ਦੀ ਪਾਵਨ ਪਵਿੱਤਰ ਪਾਕ ਧਰਤੀ ਹੈ ਕਿ ਜਿੱਥੇ ਬਖਸ਼ਿਆਂ ਵੰਡਦੇ ਮੇਰੇ ਦਾਤਾਰ ਹੁੰਦੇ ਸਨ, ਫਿਜ਼ਾਵਾਂ ਵਿੱਚ ਅੱਜ ਵੀ ਗੂੰਜਦੇ ਨੰਦ ਲਾਲ ਦੇ ਨਗਮੇ, ਜਿਹਦੇ ਹਰ ਸ਼ੇਰ 'ਚੋਂ ਦਸਮੇਸ਼ ਦੇ ਦੀਦਾਰ ਹੁੰਦੇ ਸਨ। ਗਜ਼ਲਾਂ ਪੜ੍ਹ ਕੇ ਵੇਖ ਲਓ ਭਾਈ ਨੰਦ ਲਾਲ ਦੀਆਂ, ਹਰ ਸ਼ੇਰ 'ਚੋਂ ਦਸਮ ਪਿਤਾ ਦੇ ਦੀਦਾਰ ਹੋਣਗੇ। ਸਾਧ ਸੰਗਤ ਜੀ, ਉਹ ਅਗਲੀ ਬਾਤ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਅਸੀਂ ਦਸਮੇਸ਼ ਦੀ ਉਸ ਸੋਚ 'ਤੇ ਪਹਿਰਾ ਨਹੀਂ ਦਿੱਤਾ। ਸ਼ੇਰ ਸੁਣਿਓ, ਅਸੀਂ ਦਸਮੇਸ਼ ਦੀ ਉਸ ਸੋਚ 'ਤੇ ਪਹਿਰਾ ਨਹੀਂ ਦਿੱਤਾ। ਹੈ ਗੁਰ ਇਤਿਹਾਸ ਵਿਸਰਿਆ, ਕਵੀ ਦਰਬਾਰ ਭੁੱਲ ਗਏ ਨੇ, ਤਦੇ ਅੱਜ ਸਾਡਿਆਂ ਬੱਚਿਆਂ ਗੁਰੂ ਦੀ ਮੋਹਰ ਮੇਟੀ ਏ, ਉਹ ਪੰਜ ਕਕਾਰ ਭੁੱਲ ਗਏ ਨੇ ਅਤੇ ਦਸਤਾਰ ਭੁੱਲ ਗਏ ਨੇ। ਇਹ ਸਾਡੀ ਅੱਜ ਦੀ ਤਰਾਸਦੀ ਹੈ ਸਾਧ ਸੰਗਤ ਜੀ। ਉਹ ਕਵੀ ਦਰਬਾਰ ਅਗਰ ਭੁੱਲ ਗਿਆ, ਅਗਰ ਵਿਸਰ ਗਿਆ ਕੌਮ ਨੂੰ, ਤੇ ਗੁਰ ਇਤਿਹਾਸ ਔਰ ਸਿੱਖ ਇਤਿਹਾਸ ਵਿਸਰ ਗਿਆ। ਸਾਧ ਸੰਗਤ ਜੀ, ਉਹ ਅਰਜ਼ ਕਰ ਰਿਹਾ ਹਾਂ, ਅਸੀਂ ਦਸਮੇਸ਼ ਦੀ ਉਸ ਸੋਚ 'ਤੇ ਪਹਿਰਾ ਨਹੀਂ ਦਿੱਤਾ। ਹੈ ਗੁਰ ਇਤਿਹਾਸ ਵਿਸਰਿਆ, ਕਵੀ ਦਰਬਾਰ ਭੁੱਲ ਗਏ ਨੇ, ਤਦੇ ਅੱਜ ਸਾਡਿਆਂ ਬੱਚਿਆਂ ਗੁਰੂ ਦੀ ਮੋਹਰ ਮੇਟੀਏ, ਉਹ ਪੰਜ ਕਕਾਰ ਭੁੱਲ ਗਏ ਨੇ ਅਤੇ ਦਸਤਾਰ ਭੁੱਲ ਗਏ ਨੇ। ਇੱਕ ਹੋਰ ਬਾਤ ਸੁਣਿਓ, ਲੋਕ ਤਰਜ਼ਾਂ 'ਤੇ ਅੱਜ ਕੱਲ੍ਹ ਕੀਰਤਨ ਸੁਣਦੇ ਨੇ, ਖੁਸ਼ ਹੋ ਕੇ ਬੜਾ ਸਿਰ ਮਾਰਦੇ ਨੇ, ਝੂਮਦੇ ਪ੍ਰਸੰਨ ਹੁੰਦੇ ਨੇ। ਹੈ ਗੁਰਬਾਣੀ ਮੁਬਾਰਕ ਕੀਰਤਨ, ਜੇ ਕੀਰਤੀ ਹੋਵੇ ਜੋ ਜੁੜ ਕੇ ਕੀਰਤਨ ਕਰਦੇ ਨੇ, ਸੱਚਮੁੱਚ ਧੰਨ ਹੁੰਦੇ ਨੇ। ਜੋ ਜੁੜ ਕੇ ਕੀਰਤਨ ਕਰਦੇ ਨੇ ਸੱਚਮੁੱਚ ਧੰਨ ਹੁੰਦੇ ਨੇ। ਤੋ ਸ਼ੇਰ ਸੁਣਨਾ, ਇੱਥੇ ਹੀ ਉਸ ਮਹਾਂਸ਼ਾਇਰ ਦੀਆਂ ਕਲਮਾਂ ਸੁਸ਼ੋਭਿਤ ਨੇ, ਇੱਥੇ ਹੀ ਉਸ ਮਹਾਂਸ਼ਾਇਰ ਦੀਆਂ ਕਲਮਾਂ ਸੁਸ਼ੋਭਿਤ ਨੇ, ਜਿਨ੍ਹਾਂ ਦੇ ਨਾਲ ਉਹ ਸਿੱਖੀ ਦੀ ਜੀਵਨ ਜਾਂਚ ਲਿਖਦੇ ਰਹੇ। ਸ਼ੇਰ ਸੁਣਿਓ ਬੜੇ ਧਿਆਨ ਨਾਲ ਸਤ ਸੰਗਤ ਜੀਓ, ਜਾਚਕ ਸਾਹਿਬ, ਇੱਥੇ ਹੀ ਉਸ ਮਹਾਂਸ਼ਾਇਰ ਦੀਆਂ ਕਲਮਾਂ ਸੁਸ਼ੋਭਿਤ ਨੇ, ਜਿਨ੍ਹਾਂ ਦੇ ਨਾਲ ਉਹ ਸਿੱਖੀ ਦੀ ਜੀਵਨ ਜਾਂਚ ਲਿਖਦੇ ਰਹੇ। ਇੱਥੇ ਉਹ ਕਲਮਾਂ ਨੇ ਜਿਨ੍ਹਾਂ ਨਾਲ ਕਵੀਆਂ ਦੇ ਕਵੀ ਸਤਿਗੁਰ
ਇਹ ਉਹ ਕਲਮਾਂ ਨੇ ਜਿਨ੍ਹਾਂ ਨਾਲ ਕਵੀਆਂ ਦੇ ਕਵੀ ਸਤਿਗੁਰ ਸੀਤਾ ਪ੍ਰਸਾਦ ਲਿਖਦੇ ਰਹੇ ਤੇ ਕਵਿ ਵਾਚ ਲਿਖਦੇ ਰਹੇ। ਇਹ ਉਹ ਕਲਮਾਂ ਨੇ ਜਿਨ੍ਹਾਂ ਦੇ ਨਾਲ ਕਵੀਆਂ ਦੇ ਕਵੀ ਸਤਿਗੁਰ ਸੀਤਾ ਪ੍ਰਸਾਦ ਲਿਖਦੇ ਰਹੇ ਤੇ ਕਵਿ ਵਾਚ ਲਿਖਦੇ ਰਹੇ। ਕਵਿਤਾ ਨੂੰ ਕੱਟ ਕੱਟ ਕੇ ਵਿੱਚੋਂ ਛੋਟ ਕਰਕੇ ਸਮੇਂ ਦੀ ਸੀਮਾ 'ਚ ਸਮਾਪਤੀ ਕਰਨ ਦਾ ਯਤਨ ਕਰ ਰਿਹਾ ਹਾਂ। ਇਹ ਪਾਉਂਟਾ ਸਾਹਿਬ ਦੀ ਪਾਵਨ ਪਵਿੱਤਰ ਪਾਕ ਧਰਤੀ ਹੈ ਕਿ ਜਿਸਨੇ ਉਹ ਭੰਗਾਣੀ ਦਾ ਅਨੋਖਾ ਯੁੱਧ ਤੱਕਿਆ ਹੈ। ਭੰਗਾਣੀ ਦਾ ਅਸਥਾਨ ਤੁਸੀਂ ਜਿੱਥੇ ਅੱਜ ਦਰਸ਼ਨ ਕਰਕੇ ਆਏ ਹੋ, ਇਹ ਉਹ ਪਾਉਂਟਾ ਸਾਹਿਬ ਦੀ ਪਾਵਨ ਪਵਿੱਤਰ ਪਾਕ ਧਰਤੀ ਹੈ ਕਿ ਜਿਸਨੇ ਉਹ ਭੰਗਾਣੀ ਦਾ ਅਨੋਖਾ ਯੁੱਧ ਤੱਕਿਆ ਹੈ। ਜਦੋਂ ਆਪਣਿਆਂ ਦਾ ਹੀ ਖੂਨ ਪਾਣੀ ਹੋ ਗਿਆ ਸੀ, ਪਰ ਹੋਇਆ ਪਾਣੀ ਦਾ ਪਾਣੀ ਅਤੇ ਦੁੱਧ ਦਾ ਦੁੱਧ ਤੱਕਿਆ ਹੈ। ਜਦੋਂ ਆਪਣਿਆਂ ਦਾ ਹੀ ਖੂਨ ਪਾਣੀ ਹੋ ਗਿਆ ਸੀ, ਪਰ ਹੋਇਆ ਪਾਣੀ ਦਾ ਪਾਣੀ ਅਤੇ ਦੁੱਧ ਦਾ ਦੁੱਧ ਤੱਕਿਆ ਹੈ। ਜਿੰਨਾ ਛੋਟੀ ਉਮਰ ਤੋਂ ਹੀ ਦੁੱਖ ਯਤੀਮੀ ਦੇ ਹੰਢਾਏ ਸੀ, ਉਹੀ ਅੱਜ ਤੋੜ ਕੇ ਕਸਮਾਂ ਧਰਮ ਈਮਾਨ ਨੂੰ ਤਜ ਕੇ ਉਸੇ ਗੁਰੂ ਦੇ ਹੀ ਖੂਨ ਦੇ ਹੋ ਗਏ ਤਿਹਾਏ ਸੀ। ਸੀ ਪੂਰਾ ਸਾਥ ਦਿੱਤਾ ਪੀਰ ਬੁੱਧੂ ਸ਼ਾਹ ਨੇ ਰਣ ਵਿੱਚ ਕਿ ਭੇਟਾ ਜੰਗ ਦੀ ਉਸਦੇ 700 ਮੁਰੀਦ ਹੋ ਗਏ ਸਨ। ਇੱਥੇ ਹੀ ਬਸ ਨਹੀਂ, ਉਸਦਾ ਭਰਾ ਵੀ ਜੂਝਿਆ ਇੱਥੇ, ਉਸਦੇ ਜਿਗਰ ਟੁੱਟੇ ਵੀ ਨਾਲ ਸ਼ਹੀਦ ਹੋ ਗਏ ਸਨ ਪੀਰ ਬੁੱਧੂ ਸ਼ਾਹ ਦੇ। ਤੋ ਮੈਂ ਅੰਤ ਪੜਾਅ ਤੇ ਪੁੱਜ ਗਿਆ ਕਵਿਤਾ ਦੇ ਕਿ ਜਦੋਂ ਦੇ ਗਏ ਸੀ ਧੋਖਾ 500 ਪਠਾਣ ਤਾਂ ਉਦੋਂ ਉਦਾਸੀ ਸਾਧੂਆਂ ਸੰਤਾਂ ਸਿਰਾਂ ਤੇ ਕਫਨ ਬੰਨਿਆ ਸੀ। ਸਾਧ ਕਿਰਪਾਲ ਚੰਦ ਨੇ ਫਾੜ ਕਰਦਾ ਮਾਰ ਕੇ ਸੋਟਾ ਜਾਂ ਸਿਰ ਹਯਾਤ ਖਾਂ ਦਾ ਵਾਂਗ ਹਦਵਾਣੇ ਦੇ ਭੰਨਿਆ ਸੀ। ਸਾਧ ਕਿਰਪਾਲ ਚੰਦ ਨੇ ਫਾੜ ਕਰਦਾ ਮਾਰ ਕੇ ਸੋਟਾ ਜਾਂ ਸਿਰ ਹਯਾਤ ਖਾਂ ਦਾ ਵਾਂਗ ਹਦਵਾਣੇ ਦੇ ਭੰਨਿਆ ਸੀ। ਇਹ ਪਾਉਂਟਾ ਸਾਹਿਬ ਦੀ ਪਾਵਨ ਪਵਿੱਤਰ ਪਾਕ ਧਰਤੀ ਹੈ। ਆਖਰੀ ਬੰਦ ਕਹਿ ਰਿਹਾ ਹਾਂ ਸਤਿਸੰਗ ਜੀਓ ਕਿ ਗੁਰੂ ਦੇ ਬਾਗ ਅੰਦਰ ਜਦੋਂ ਪਹਿਲਾ ਫੁੱਲ ਖਿੜਿਆ ਸੀ। ਗੁਰੂ ਦੇ ਬਾਗ ਅੰਦਰ ਕਵਿਤਾ ਇਸ਼ਾਰਾ ਕਰਦੀ ਹੈ, ਗੁਰੂ ਦੇ ਬਾਗ ਅੰਦਰ ਜਦੋਂ ਪਹਿਲਾ ਫੁੱਲ ਖਿੜਿਆ ਸੀ ਤੇ ਬਾਗੋ ਬਾਗ ਸਿੱਖੀ ਦਾ ਸਮੁੱਚਾ ਗੁਲ ਚਮਨ ਹੋਇਆ, ਦੌਲਤਾਂ ਵੰਡੀਆਂ ਗਈਆਂ ਤੇ ਵੱਜੇ ਖੁਸ਼ੀ ਦੇ ਵਾਜੇ ਕਿ ਵੱਡੇ ਸਾਹਿਬਜ਼ਾਦੇ ਦਾ ਜਦੋਂ ਸੀ ਆਗਮਨ ਹੋਇਆ। ਕਿ ਵੱਡੇ ਸਾਹਿਬਜ਼ਾਦੇ ਦਾ ਜਦੋਂ ਸੀ ਆਗਮਨ ਹੋਇਆ। ਸ਼ੇਰ ਸੁਣਨਾ ਸਤਿਸੰਗ ਜੀਓ, ਮੈਦਾਨੇ ਜੰਗ ਹੋਵੇ ਜਾਂ ਸਿੰਘਾਸਨ ਮਖਮਲੀ ਹੋਵੇ, ਮੈਦਾਨੇ ਜੰਗ ਹੋਵੇ ਜਾਂ ਸਿੰਘਾਸਨ ਮਖਮਲੀ ਹੋਵੇ, ਸਦਾ ਹੀ ਨੂਰ ਚੜ੍ਹਦੀ ਕਲਾ ਨੂੰ ਸੁਰਜੀਤ ਰੱਖਿਆ ਸੀ। ਭੰਗਾਣੀ ਦੀ ਇਸ ਭਾਰੀ ਜੰਗ ਜਿੱਤਣ ਦੀ ਖੁਸ਼ੀ ਅੰਦਰ ਨਾਮ ਉਸ ਸਾਹਿਬਜ਼ਾਦੇ ਦਾ ਗੁਰਾਂ ਅਜੀਤ ਰੱਖਿਆ ਸੀ। ਮਿਹਰਬਾਨੀ, ਸਦਾ ਹੀ ਨੂਰ ਚੜ੍ਹਦੀ ਕਲਾ ਨੂੰ ਸੁਰਜੀਤ ਰੱਖਿਆ ਸੀ। ਮੈਦਾਨੇ ਜੰਗ ਹੋਵੇ ਜਾਂ ਸਿੰਘਾਸਨ ਮਖਮਲੀ ਹੋਵੇ, ਸਦਾ ਹੀ ਨੂਰ ਚੜ੍ਹਦੀ ਕਲਾ ਨੂੰ ਸੁਰਜੀਤ ਰੱਖਿਆ ਸੀ। ਭੰਗਾਣੀ ਦੀ ਇਸ ਭਾਰੀ ਜੰਗ ਜਿੱਤਣ ਦੀ ਖੁਸ਼ੀ ਅੰਦਰ ਨਾਮ ਉਸ ਸਾਹਿਬਜ਼ਾਦੇ ਦਾ ਗੁਰਾਂ ਅਜੀਤ ਰੱਖਿਆ ਸੀ। ਇਹ ਉਹ ਪਾਉਂਟਾ ਸਾਹਿਬ ਦੀ ਪਾਵਨ ਪਵਿੱਤਰ ਪਾਕ ਧਰਤੀ ਹੈ ਕਿ ਜਿੱਥੇ ਬਖਸ਼ਿਸ਼ਾਂ ਵੰਡਦੇ ਮੇਰੇ ਦਾਤਾਰ ਹੁੰਦੇ ਸਨ, ਫਿਜ਼ਾਵਾਂ ਵਿੱਚ ਅੱਜ ਵੀ ਗੂੰਜਦੇ ਨੰਦ ਲਾਲ ਦੇ ਨਗਮੇ, ਜਿਹਦੇ ਹਰ ਸ਼ੇਰ 'ਚੋਂ ਦਸਮੇਸ਼ ਦੇ ਦੀਦਾਰ ਹੁੰਦੇ ਸਨ, ਜਿਹਦੇ ਹਰ ਸ਼ੇਰ 'ਚੋਂ ਦਸਮੇਸ਼ ਦੇ ਦੀਦਾਰ ਹੁੰਦੇ ਸਨ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।